ਵੈਲਕਮ ਬੈਕ, ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਔਰ ਆਯੁਸ਼ ਇੰਟਰਨੈਸ਼ਨਲ ਮੈਡੀਕਲ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਯੋਗ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਜੋ ਵੀ ਮੈਂ ਰਿਸਰਚ ਕਰਾਂ ਜਾਂ ਜੋ ਵੀ ਮੇਰੇ ਕੋਲ ਫਾਰਮੂਲੇ ਹੈ ਜਿਹੜੇ ਵਾਕਈ ਕੰਮ ਕਰਦੇ ਹੈ ਉਹ ਤੁਹਾਡੇ ਸਭ ਨਾਲ ਮੈਂ ਸ਼ੇਅਰ ਜ਼ਰੂਰ ਕਰਾਂ। ਅੱਜ ਦਾ ਫਾਰਮੂਲਾ ਉਸੇ ਤਰੀਕੇ ਦੇ ਨਾਲ ਹੈ। ਅੱਜ ਫਾਰਮੂਲਾ ਇੱਕ ਹੋਰ ਤਰੀਕਾ ਵੀ ਦੱਸਾਂਗਾ, ਦੋ ਚੀਜ਼ਾਂ ਦੱਸਾਂਗਾ ਜਿਹਦੇ ਨਾਲ ਜਿਹਨਾਂ ਦੀ ਆਪਟਿਕ ਨਰਵ ਡਰਾਈ ਹੋ ਜਾਂਦੀ ਹੈ ਯਾਨੀ ਅੱਖਾਂ ਦੀ ਨਾ ਸੁੱਕ ਜਾਂਦੀ ਹੈ, ਉਹ ਦੁਬਾਰਾ ਤੋਂ ਕਿਸ ਤਰ੍ਹਾਂ ਉਹਨਾਂ ਦੀ ਰੋਸ਼ਨੀ ਅੱਖਾਂ ਦੀ ਰੋਸ਼ਨੀ ਵਾਪਿਸ ਆ ਜਾਏ, ਕਿਉਂਕਿ ਉਸ ਤੋਂ ਬਾਅਦ ਦਿਖਣਾ ਬੰਦ ਹੋ ਜਾਂਦਾ ਹੈ। ਇਹ ਮੈਂ ਵੀਡੀਓ ਪਹਿਲਾਂ ਵੀ ਸ਼ੇਅਰ ਕੀਤਾ ਸੀ, ਉਹਦੇ 'ਚ ਇੱਕ ਫਾਰਮੂਲਾ ਦੱਸਿਆ ਸੀ, ਅੱਜ ਦੂਸਰੀ ਟੈਕਨੀਕ ਵੀ ਜ਼ਰੂਰ ਦੱਸਾਂਗਾ, ਕਿਉਂਕਿ ਉਹਦੇ 'ਚ ਤਕਲੀਫ ਇਹ ਸੀਗੀ ਕਿ ਕੁਛ ਵੱਡੀ ਸ਼ਹਿਰਾਂ ਦੇ ਵਿੱਚ ਵੱਡੀ ਸਿਟੀਜ਼ ਦੇ ਵਿੱਚ ਦੇਸੀ ਗਾਂ ਦਾ ਘਿਓ ਮਿਲਣਾ ਬਹੁਤ ਔਖਾ ਸੀ, ਆਪ ਕੱਢਣਾ ਤਾਂ ਹੋਰ ਵੀ ਔਖਾ ਸੀ ਉਹਨਾਂ ਵਾਸਤੇ। ਅੱਜ ਮੈਂ ਦੂਸਰੀ ਟੈਕਨੀਕ ਵੀ ਦੱਸਾਂਗਾ, ਕਿਉਂਕਿ ਉਸ ਤੋਂ ਬਾਅਦ ਮੈਨੂੰ ਇੱਕ ਹੋਰ ਕਿਸੇ ਦਾ ਫੋਨ ਆਇਆ ਸੀਗਾ, ਉਹਨਾਂ ਨੇ ਕਿਹਾ ਜੀ ਕਿ ਮੈਂ ਤੁਹਾਨੂੰ ਇੱਕ ਐਸੀ ਟੈਕਨੀਕ ਦੱਸਦਾ ਜਿਹਦੇ ਨਾਲ ਦੇਸੀ ਗਾਂ ਦੇ ਘਿਓ ਦੀ ਲੋੜ ਨਹੀਂ ਪਏਗੀ। ਉਹ ਟੈਕਨੀਕ ਤੁਹਾਡੇ ਨਾਲ ਸ਼ੇਅਰ ਕਰਦਾ, ਕਿਉਂਕਿ ਉਹਨਾਂ ਨੂੰ ਮੈਂ ਜਦੋਂ ਵੀ ਕੁਝ ਲੋਕਾਂ ਨਾਲ ਸ਼ੇਅਰ ਕੀਤੀ, ਤਿੰਨ ਬੰਦਿਆਂ ਦਾ ਮੈਸੇਜ ਆਇਆ ਕਿ ਡੇਢ ਮਹੀਨੇ ਦੇ ਅੰਦਰ 30% ਤੋਂ ਜ਼ਿਆਦਾ ਫਰਕ ਉਹਨਾਂ ਨੂੰ ਆ ਗਿਆ, ਯਾਨੀ ਅੱਖਾਂ ਦੀ ਰੋਸ਼ਨੀ ਵਾਪਸ ਆਉਣੀ ਸ਼ੁਰੂ ਹੋ ਗਈ। ਅਤੇ ਮੇਰੀ ਰਿਕੁਐਸਟ ਹੈ ਕਿ ਸ਼ੇਅਰ ਤੁਸੀਂ ਜ਼ਰੂਰ ਕਰਨਾ ਹੈ ਇਸ ਵੀਡੀਓ ਨੂੰ। ਪਤਾ ਨਹੀਂ ਸੰਸਾਰ 'ਚ ਕਿੱਥੇ ਕਿਹੜੇ ਬਜ਼ੁਰਗ ਨੂੰ, ਕਿਹੜੇ ਯੰਗਸਟਰ ਨੂੰ ਇਸ ਚੀਜ਼ ਦੀ ਲੋੜ ਹੋਵੇ, ਕਿਉਂਕਿ ਲੱਖਾਂ ਲੋਕਾਂ ਦੀ ਨਸ ਜਿਹੜੀ ਹੈ ਸੁੱਕ ਜਾਂਦੀ ਹੈ ਔਰ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਨਾ ਉਹ ਵਾਪਸ ਆਉਣਾ ਲਗਭਗ ਇੰਪੋਸੀਬਲ ਹੋ ਜਾਂਦਾ ਹੈ, ਕਿਉਂਕਿ ਕਈ ਵਾਰ ਕਿਸੇ ਦਾ ਐਕਸੀਡੈਂਟ ਹੋ ਗਿਆ, ਸਿਰ 'ਤੇ ਸੱਟ ਲੱਗ ਗਈ, ਉਸ ਤੋਂ ਬਾਅਦ ਸਮਝ ਲਓ ਕਿ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਨਾ ਨਸ ਸੁੱਕਣ ਦੀ ਵਜ੍ਹਾ ਨਾਲ ਖਤਮ ਹੋ ਜਾਂਦੀ ਹੈ ਔਰ ਉਹਦਾ ਕੋਈ ਚਾਂਸ ਨਹੀਂ ਹੁੰਦਾ। ਅੱਜ ਮੈਂ ਤੁਹਾਡੇ ਨਾਲ ਇਹੀ ਸ਼ੇਅਰ ਕਰਾਂਗਾ ਕਿ ਕਿਸ ਤਰੀਕੇ ਨਾਲ ਆਪਾਂ ਅੱਖਾਂ ਦੀ ਰੋਸ਼ਨੀ ਨੂੰ ਵਾਪਸ ਲੈ ਕੇ ਆ ਸਕਦੇ ਹਾਂ, ਠੀਕ ਹੈ, ਜਿਹਨਾਂ ਦੀ ਖਾਸ ਕਰ ਨਸ ਸੁੱਕ ਗਈ। ਔਰ ਪਹਿਲਾ ਤਰੀਕਾ ਮੈਂ ਤੁਹਾਨੂੰ ਦੱਸਦਾ ਜਿਹੜਾ ਮੈਨੂੰ ਉਹਨਾਂ ਨੇ ਦੱਸਿਆ ਕਿ ਤੁਸੀਂ ਕਲੈਪਿੰਗ ਥੈਰੇਪੀ ਦੇ ਬਾਰੇ ਜ਼ਰੂਰ ਸੁਣਿਆ ਹੋਏਗਾ, ਲੇਕਿਨ ਉਹਨੂੰ ਮੈਂ ਥੋੜ੍ਹਾ ਜਿਹਾ ਹੋਰ ਮਤਲਬ ਉਹਨੂੰ ਇੱਕ ਸਹੀ ਤਰੀਕਾ ਦੱਸਦਾ ਕਿ ਕਿਸ ਤਰ੍ਹਾਂ ਕਰਨਾ। ਕਲੈਪਿੰਗ ਥੈਰੇਪੀ ਜਦੋਂ ਵੀ ਕਰਨੀ ਹੈ ਉਹਦੇ ਅੰਦਰ ਆਪਾਂ ਇਸ ਮਤਲਬ ਦੇਸੀ ਘਿਓ ਦਾ ਇਸਤੇਮਾਲ ਜ਼ਰੂਰ ਕਰਨਾ। ਦੇਸੀ ਘਿਓ ਭਾਵੇਂ ਗਾਂ ਦਾ ਹੋਵੇ, ਮੱਝ ਦਾ ਹੋਵੇ, ਬੱਕਰੀ ਦਾ ਹੋਵੇ, ਕਿਸੇ ਦਾ ਵੀ ਹੋਵੇ, ਆਪਾਂ ਉਸ ਤੇਲ ਦਾ ਘਿਓ ਨੂੰ ਥੋੜ੍ਹਾ ਜਿਹਾ ਲੈਣਾ, ਠੀਕ ਹੈ, ਕਿਸੇ ਵੀ ਕੰਪਨੀ ਦਾ ਬਾਜ਼ਾਰੋਂ ਲਿਆਓ ਅਤੇ ਇਹਨੂੰ ਹਲਕਾ ਜਿਹਾ ਆਪਾਂ ਜਿਹੜਾ ਹੈ ਨਾ ਆਪਣੇ ਹੱਥ ਦੇ ਉੱਤੇ ਲਗਾਉਣਾ ਔਰ ਉਸ ਤੋਂ ਬਾਅਦ ਮਸਾਜ ਕਰ ਲੈਣੀ। ਔਰ ਉਸ ਤੋਂ ਬਾਅਦ, ਠੀਕ ਹੈ, ਇੱਕ ਹੋਰ ਤਰੀਕਾ ਹੈ, ਮਸਾਜ ਕਰਨ ਤੋਂ ਬਾਅਦ ਫਿਰ ਤੁਸੀਂ ਆਪਣੇ ਹੱਥਾਂ ਨੂੰ ਖੋਲ੍ਹਣਾ। ਆਪਾਂ ਐਂ ਕਰਦੇ ਹਾਂ ਕਲੈਪਿੰਗ ਥੈਰੇਪੀ, ਇਸ ਤਰ੍ਹਾਂ ਨਹੀਂ ਕਰਨੀ, ਆਪਾਂ ਥੋੜ੍ਹਾ ਜਿਹਾ ਖੋਲ੍ਹ ਕੇ ਆਪਣੀ ਛਾਤੀ ਨੂੰ ਖੋਲ੍ਹ ਕੇ। ਮੈਂ ਤਿੰਨ ਬੰਦਿਆਂ ਨੂੰ ਜਦੋਂ ਦੱਸਿਆ ਨਾ ਅਤੇ ਜਿਹੜੇ ਜਿਹਨਾਂ ਦੇ ਰਿਜ਼ਲਟ ਆਏ, ਉਹਨਾਂ ਨੇ ਕਿਹਾ ਜੀ ਉਹਨਾਂ 'ਚੋਂ ਇੱਕ ਨੂੰ ਪ੍ਰੋਬਲਮ ਸੀ, ਉਹਨਾਂ ਦਾ ਮੋਢਾ ਜਿਹੜਾ ਨਾ ਉਹ ਬਹੁਤ ਜਾਮ ਹੀ ਰਹਿੰਦਾ ਸੀਗਾ, ਗਰਦਨ ਸਟਿਫ ਰਹਿੰਦੀ ਸੀ। ਮੈਂ ਕਿਹਾ ਬੈਟਰ ਆਇਲ ਲਗਾਓ, ਕਿਉਂਕਿ ਸਾਡਾ ਕੰਮ ਜੋੜਾਂ ਦੇ ਦਰਦਾਂ ਦਾ ਹੈ, ਖਾਸ ਕਰ ਉਹਨਾਂ ਦੀ ਮਦਦ ਕਰਨਾ ਜਿਹਨਾਂ ਨੂੰ ਗੋਡਿਆਂ ਦਾ ਦਰਦ ਰਹਿੰਦਾ ਹੈ, ਠੀਕ ਹੈ। ਅਤੇ ਉਹ ਬੈਟਰ ਆਇਲ ਲਗਾਉਂਦੇ ਆ, ਸਾਰੀ 2-3 ਦਿਨ ਦੇ ਅੰਦਰ ਅੰਦਰ ਬਿਲਕੁਲ ਮੋਢਾ ਘੁੰਮਣ ਲੱਗ ਗਿਆ ਪ੍ਰੋਪਰ, ਗਰਦਨ ਦੀ ਸਟਿਫਨੈਸ ਵੀ ਖਤਮ ਹੋ ਗਈ। ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਆ ਟੈਕਨੀਕ ਅਪਣਾਈ, ਐਸੇ 1, 2, 3, 4, 5, 6, 7, 8, 9, 10 100 ਵਾਰ ਕਰਨਾ ਹੈ, ਇਸ ਤੋਂ ਜ਼ਿਆਦਾ ਵੀ ਕਰ ਸਕਦੇ ਹੋ। 100 ਵਾਰ ਜਿਹੜੀ ਸਵੇਰ ਦੀ ਨਿੱਘੀ ਨਿੱਘੀ ਹਲਕੀ ਹਲਕੀ ਧੁੱਪ ਹੁੰਦੀ ਹੈ ਜਿਹੜੀ, ਉਹਦੇ 'ਚ ਬੈਠ ਕੇ ਕਰੋਗੇ ਹੋਰ ਵੀ ਜ਼ਿਆਦਾ ਫਾਇਦਾ ਹੋਏਗਾ। ਬੜੀ ਜ਼ਬਰਦਸਤ ਟੈਕਨੀਕ ਹੈ, ਠੀਕ ਹੈ, ਲੇਕਿਨ ਖਿਆਲ ਇਸ ਗੱਲ ਦਾ ਰੱਖਣਾ ਕਿ ਜਦੋਂ ਇਹ ਉਂਗਲਾਂ ਦੇ ਥੱਲੇ ਜਾ ਕੇ ਇਹ ਵਾਲਾ ਜਿਹੜਾ ਪੋਰਸ਼ਨ ਹੈ, ਇਹ ਵਾਲਾ, ਇਹਦੇ ਉੱਤੇ ਤੁਹਾਡੀ ਕਲੈਪਿੰਗ ਜ਼ਰੂਰ ਆਉਣੀ ਚਾਹੀਦੀ ਹੈ, ਠੀਕ ਹੈ। ਅਤੇ ਇਹ ਜਦੋਂ ਵੀ ਤੁਸੀਂ ਇਸ ਤਰ੍ਹਾਂ ਕਰੋਗੇ, ਤੁਸੀਂ ਦੇਖੋਗੇ ਕਿ ਘੱਟੋ ਘੱਟ 1-1.5 ਮਹੀਨੇ ਬਾਅਦ ਤੁਹਾਨੂੰ ਆਪਣੇ ਆਪ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਇਹਨੂੰ 3 ਮਹੀਨੇ ਤੱਕ ਜ਼ਰੂਰ ਲੈ ਕੇ ਜਾਣਾ, ਬਹੁਤ ਅੱਛੀ ਟੈਕਨੀਕ ਹੈ, ਠੀਕ ਹੈ। ਔਰ ਬਾਕੀ ਜੇ ਕਿਸੇ ਦਾ ਕੋਈ ਟ੍ਰੀਟਮੈਂਟ ਚੱਲ ਰਿਹਾ ਹੈ ਆਈ ਸਪੈਸ਼ਲਿਸਟ ਦੇ ਕੋਲ, ਤਾਂ ਜ਼ਰੂਰ ਆਪਣੇ ਟ੍ਰੀਟਮੈਂਟ ਨੂੰ ਜਾਰੀ ਰੱਖੋ, ਉਹਨੂੰ ਰੋਕਣ ਦੀ ਕੋਈ ਜ਼ਰੂਰਤ ਨਹੀਂ ਹੈ, ਠੀਕ ਹੈ, ਇਹ ਤਾਂ ਇੱਕ ਅਲਟਰਨੇਟਿਵ ਥੈਰੇਪੀ ਹੈ, ਠੀਕ ਹੈ। ਔਰ ਦੂਸਰਾ ਤਰੀਕਾ ਮੈਂ ਇੱਕ ਦੱਸਿਆ ਸੀਗਾ ਕਿ ਮੇਰੇ ਦੋਸਤ ਇੱਕ ਭਾਵਨਗਰ ਗੁਜਰਾਤ 'ਚ ਰਹਿੰਦੇ ਹੈ, ਮਿਸਟਰ ਕਮਲ ਚਿਮਨਾਨੀ, ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਇੱਕ ਟੇਲਰ ਮਾਸਟਰ ਦੀ ਅੱਖ ਦੀ ਨਸ ਸੁੱਕ ਗਈ ਔਰ ਉਹਨਾਂ ਨੇ 50 ਗ੍ਰਾਮ ਦੇਸੀ ਘਿਓ ਗਾਏ ਦਾ, ਦੇਸੀ ਗਾਏ ਦਾ ਘਿਓ ਚਾਹੀਦਾ ਉਹਦੇ 'ਚ 50 ਗ੍ਰਾਮ,
ਔਰ 25 ਗ੍ਰਾਮ ਨਾਰੀਅਲ ਦਾ ਤੇਲ ਦੋਨਾਂ ਨੂੰ ਮਿਕਸ ਕਰਕੇ ਆਪਣੀ ਧੁੰਨੀ 'ਚ ਪਾਉਣਾ ਸ਼ੁਰੂ ਕਰਤਾ। ਉਹ 2-3 ਬੂੰਦਾਂ ਰਾਤ ਨੂੰ ਧੁੰਨੀ 'ਚ ਪਾ ਕੇ ਸੁਣਦੇ ਸੀਗੇ ਅਤੇ ਸਵੇਰੇ ਉੱਠ ਕੇ ਧੁੰਨੀ ਨੂੰ ਧੋ ਦਿੰਦੇ ਸੀ। ਠੀਕ ਹੈ, ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਅੱਖਾਂ ਦੀ ਰੌਸ਼ਨੀ ਹੈ ਉਹ 1 ਮਹੀਨੇ 'ਚ ਤਕਰੀਬਨ 50% ਤੱਕ ਵਾਪਸ ਆ ਗਈ। ਠੀਕ ਹੈ, ਔਰ ਉਸ ਤੋਂ ਬਾਅਦ ਉਹ ਠੀਕ ਹੋ ਗਏ। ਕੁਛ ਟਾਈਮ ਉਹਨਾਂ ਨੇ ਕੀਤਾ, ਮੇਰੇ ਖਿਆਲ 2-3 ਮਹੀਨੇ ਕੀਤਾ, ਉਹਨਾਂ ਨੇ ਫਾਰਮੂਲਾ ਦੱਸਿਆ ਔਰ ਮੈਂ ਸਾਰਿਆਂ ਨਾਲ ਸ਼ੇਅਰ ਕੀਤਾ। ਮੈਨੂੰ ਬਾਅਦ 'ਚ ਬਹੁਤ ਸਾਰੇ ਫੀਡਬੈਕ ਆਏ, ਫੋਨ ਆਏ ਕਿ ਅੱਖਾਂ ਦੀ ਨਸ ਗੁਲਾਬੀ ਹੋਣੀ ਸ਼ੁਰੂ ਹੋ ਗਈ ਹੈ, ਯਾਨੀ ਜਿਹੜੀ ਸੁੱਕ ਗਈ ਸੀ ਉਹ ਗੁਲਾਬੀ ਹੋਣੀ ਸ਼ੁਰੂ ਹੋ ਗਈ, ਯਾਨੀ ਕਿ ਬਲੱਡ ਆਉਣਾ ਸ਼ੁਰੂ ਹੋ ਗਿਆ, ਉਹਦੇ 'ਚ ਰੌਸ਼ਨੀ ਵਾਪਸ ਆਉਣੀ ਸ਼ੁਰੂ ਹੋ ਗਈ ਹੈ। ਦੇਖੋ ਕਿਆ ਕਮਾਲ ਦੀ ਗੱਲ ਹੈ, ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਅੱਖਾਂ ਦੀ ਰੌਸ਼ਨੀ, ਅੱਖਾਂ ਹਾਲਾਂਕਿ ਹਰ ਅੰਗ ਇੰਪੋਰਟੈਂਟ ਹੈ, ਲੇਕਿਨ ਅੱਖਾਂ ਤੁਸੀਂ ਦੇਖੋ 1 ਮਿੰਟ ਵਾਸਤੇ ਤੁਸੀਂ ਖਾਲੀ ਇਸ ਤਰ੍ਹਾਂ ਘੁੰਮ ਕੇ ਦੇਖੋ ਅੱਖਾਂ ਬੰਦ ਕਰਕੇ, ਤੁਹਾਨੂੰ ਅਹਿਸਾਸ ਹੋਏਗਾ ਕਿ ਅੱਖਾਂ ਸਾਡੇ ਸਰੀਰ 'ਚ ਕਿੰਨਾ ਇੰਪੋਰਟੈਂਟ ਰੋਲ ਅਦਾ ਕਰਦੀਆਂ। ਇਸ ਕਰਕੇ ਇਸ ਵੀਡੀਓ ਨੂੰ ਕਾਈਂਡਲੀ ਸ਼ੇਅਰ ਕਰਨਾ ਨਾ ਭੁੱਲਣਾ, ਹਰ ਗਰੁੱਪ 'ਚ ਪਾਓ। ਪਤਾ ਨਹੀਂ ਕਿਹੜੇ ਗਰੁੱਪ 'ਚ ਕਿਹੜਾ ਬਜ਼ੁਰਗ ਬੈਠਾ ਹੈ ਜਾਂ ਕੋਈ ਯੰਗਸਟਰ ਹੈ ਜਿਹਦਾ ਕੋਈ ਐਕਸੀਡੈਂਟ ਹੋਣ ਵਜ੍ਹਾ ਨਾਲ ਜਾਂ ਕਿਸੇ ਵੀ ਵਜ੍ਹਾ ਨਾਲ ਨਸ ਸੁੱਕ ਗਈ ਹੈ, ਅੱਖਾਂ ਦੀ ਰੌਸ਼ਨੀ ਜਾ ਰਹੀ ਹੈ, ਉਹਦੀ ਹੋ ਸਕਦਾ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਏ। ਠੀਕ ਹੈ, ਇਹ ਮਦਦ ਆਪਾਂ ਜ਼ਰੂਰ ਕਰਨੀ ਹੈ ਸਭ ਦੀ, ਅਤੇ ਤਾਂ ਕਿ ਸਭ ਦਾ ਫਾਇਦਾ ਹੋ ਸਕੇ, ਸਭ ਦਾ ਭਲਾ ਹੋ ਸਕੇ। ਔਰ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮੱਚ, ਗੋਡ ਬਲੈਸ ਯੂ। ਸ਼ੇਅਰ ਕਰਨਾ ਨਾ ਭੁੱਲਣਾ। ਗੋਡ ਬਲੈਸ ਯੂ।